ਹਾਜ਼ਰ ਹਾਂ ਦੋਸਤੋ ਹਿੰਦੀ ਸਾਹਿਤ ਦੇ ਸਰਵੋਤਮ ਕਹਾਣੀਕਾਰ ਮੁੰਛੀ ਪ੍ਰੇਮਚੰਦ ਹੋਰਾਂ ਦੀ ਪੰਜਾਬੀ ਭਾਸ਼ਾ ਵਿੱਚ ਅਨੁਵਾਦਿਤ ਕਹਾਣੀ ਹੈ ਕਫਨ ਝੁੱਗੀ ਦੇ ਬਾਹਰ ਪਿਉਪੁੱਤ ਦੋਵੇਂ ਇੱਕ ਤੁਖ ਦੀ ਧੂਣੀ ਦੀਵਾਰੇ ਚੁੱਪਚਾਪ ਬੈਠੇ ਸਨ ਅਤੇ ਅੰਦਰ ਮੁੰਡੇ ਦੀ ਜਵਾਨ ਘਰ ਵਾਲੀ ਬੁਧਿਆ ਜੰਮਣ ਪੀੜਾਂ ਦੇ ਦਰਦ ਕਰਕੇ ਤੜਫ ਰਹੀ ਸੀ ਥੋੜੀ ਥੋੜੀ ਦੇਰ ਬਾਅਦ ਉਸਦੇ ਮੋਹੋਂ ਅ제ਹੀ ਦਿਲ چیرਮੀ ਚੀਕ ਨਿਕਲਦੀ ਕਿ ਦੋਹਾਂ ਦਾ ਕਾਲਜਾ ਮੋਹ ਨੂੰ ਆ ਜਾਂਦਾ ਸਰਦੀਆਂ ਦੀ ਰਾਤ ਸੀ ਕੁਦਰਤ ਸਨਾਟੇ ਵਿੱਚ ਡੁੱਬੀ ਹੋਈ ਸੀ ਪੂਰਾ ਪਿੰਡ ਹਨੇਰੇ ਚ ਖੋ ਗਿਆ ਸੀ ਕੀ ਸੁਨੇ ਕਿਹਾ ਬਚਦੀ ਨਹੀਂ ਲੱਗਦੀ ਏ ਸਾਰਾ ਦਿਨ ਭਜਨ ਅੱਠ ਚ ਹੀ ਲੰਘਿਆ ਜਾਂ ਦੇਖ ਕੇ ਤਾਂ ਜਰਾ ਮਾਦਵ ਖਿੱਚ ਕੇ ਬੋਲਿਆ ਮਰਨਾ ਹੀ ਤਾਂ ਹੈ ਛੇਤੀ ਮਰੇ ਦੇਖ ਕੇ ਕੀ ਕਰਾਂ ਤੂ ਤਾਂ ਬਾੜਾ ਹੀ ਪੱਥਰ ਦੇ ਲੈ ਸਾਰਾ ਸਾਲ ਜਿਹਦੇ ਨਾਲ ਹੱਸਦਾ ਖੇਡਦਾ ਰਹਾ ਉਹਦੇ ਨਾਲ ਇੰਨੀ ਬੇਵਫਾਈ ਮੈਥੋਂ ਤਾਂ ਉਹਦਾ ਤੜਫਣਾ ਤੇ ਹੱਥ ਪੈਰ ਮਾਰਨਾ ਦੇਖ ਨਹੀਂ ਹੁੰਦਾ ਉਹਨਾਂ ਦਾ ਟੱਬਰ ਸਾਰੇ ਪਿੰਡ ਵਿੱਚ ਬਦਨਾਮ ਸੀ ਕਿंसू ਇੱਕ ਦਿਨ ਕੰਮ ਕਰਦਾ ਤਾਂ ਤਿੰਨ ਦਿਨ ਆਰਾਮ ਕਰਦਾ ਮਾਦਵ ਐਡਾ ਕਮਜ਼ੋਰ ਸੀ ਕਿ ਜੇ ਅੱਧਾ ਘੰਟਾ ਕੰਮ ਕਰਦਾ ਤਾਂ ਘੰਟਾ ਘੰਟਾ ਚਲਮ ਪੀਣ ਨੂੰ ਲਾਉਂਦਾ ਇਸ ਲਈ ਉਹਨਾਂ ਨੂੰ ਕਿਤੇ ਦਿਹਾੜੀ ਨਹੀਂ ਮਿਲਦੀ ਸੀ ਘਰ ਵਿੱਚ ਜੇ ਮੁਠੀ ਪਰ ਵੀ ਦਾਣੇ ਹੁੰਦੇ ਤਾਂ ਉਹ ਕੰਮ ਨਾ ਕਰਨ ਦੀ ਜਿਵੇਂ ਸੌ ਹੀ ਖਾ ਲੈਂਦੇ ਜਦੋਂ 2-4 ਫਾਕੇ ਕੱਟਣੇ ਪੈਂਦੇ ਤਾਂ ਕਿਸੂ ਦਰਖਤ ਤੇ ਚੜ ਕੇ ਲੱਕੜਾਂ ਵੱਢਦਾ ਤੇ ਮਾਦਵ ਮੰਡੀ ਵਿੱਚ ਵੇਚ ਆਉਂਦਾ ਤੇ ਜਦੋਂ ਤੱਕ ਉਹ ਪੈਸੇ ਬਚੇ ਰਹਿੰਦੇ ਦੋਨੋਂ ਜਣੇ ਕੰਦਾਂ ਕੌੜੇ ਕੱਚ ਦੇ ਫਿਰਦੇ ਜਦੋਂ ਫਾਕੇ ਦੀ ਨੌਬਤ ਆਉਂਦੀ ਤਾ ਫੇਰ ਲੱਕੜਾਂ ਵੜਦੇ ਜਾਂ ਮਜ਼ਦੂਰੀ ਭਾਲਦੇ ਪਿੰਡ ਵਿੱਚ ਕੰਮ ਦੀ ਕੋਈ ਘਾਟ ਨਹੀਂ ਸੀ ਕਿਸਾਨਾਂ ਦਾ ਪਿੰਡ ਸੀ ਮਿਹਨਤੀ ਬੰਦੇ ਲਈ ਪੰਜਾ ਕੰਮ ਸਨ ਪਰ ਇਹਨਾਂ ਦੋਹਾਂ ਨੂੰ ਲੋਕ ਉਦੋਂ ਹੀ ਬਣਾਉਂਦੇ ਜਦੋਂ ਦੋ ਬੰਦਿਆਂ ਤੋਂ ਇੱਕ ਦਾ ਕੰਮ ਲੈ ਕੇ ਵੀ ਸਬਰ ਕਰ ਲੈਣ ਤੋਂ ਬਿਨਾ ਹੋਰ ਕੋਈ ਚਾਰਾ ਨਾ ਬਚਦਾ ਹੋਵੇ ਅਜੀਬ ਜ਼ਿੰਦਗੀ ਸੀ ਇਹਨਾਂ ਦੀ ਘਰ ਵਿੱਚ ਦੋ ਚਾਰ ਮਿੱਟੀ ਦੇ ਭਾਂਡਿਆਂ ਤੋਂ ਬਿਨਾ ਹੋਰ ਕੋਈ ਜਾਇਦਾਦ ਨਹੀਂ ਸੀ ਲੀਰਾ ਨਾਲ ਆਪਣਾ ਨੰਗੇਜ਼ ਟਕਦੇ ਹੋਏ ਜੀ ਰਹੇ ਸਨ ਦੁਨੀਆ ਦੇ ਫਿਕਰਾਂ ਤੋਂ ਆਜ਼ਾਦ ਗੜ ਤੱਕ ਕਰਜ਼ੇ ਵਿੱਚ ਡੁੱਬੇ ਹੋਏ ਗਾਲਾਂ ਵੀ ਖਾਂਦੇ ਕੁੱਟ ਵੀ ਸਹੰਦੇ ਪਰ ਕੋਈ ਦੁੱਖ ਨਹੀਂ ਨਮਾਣੇ ਇੰਨੇ ਕਿ ਪੈਸੇ ਮੋੜਨ ਦੀ ਕੋਈ ਉਮੀਦ ਨਾ ਹੋਣ ਤੇ ਵੀ ਲੋਕ ਇਹਨਾਂ ਨੂੰ ਥੋੜਾ ਬਹੁਤ ਕਰਜ਼ਾ ਦੇ ਦਿੰਦੇ ਸਨ ਮਟਰ ਆਲੂ ਦੀ ਫਸਲ ਸਮੇਂ ਹੋਰਾਂ ਦੇ ਖੇਤਾਂ 'ਚੋਂ ਮਟਰ ਜਾਂ ਆਲੂ ਪੁੱਟ ਲਿਆਉਂਦੇ ਤੇ ਪੌਣ ਰਕੇ ਖਾ ਲੈਂਦੇ ਜਾਂ 5-7 ਗੰਨੇ ਪੁੱਟ ਲਿਆਉਂਦੇ ਤੇ ਰਾਤ ਨੂੰ ਬਹਿ ਕੇ ਚੂਪਦੇ ਕੇਸੂ 60 ਸਾਲ ਦੀ ਉਮਰ ਹੰਢਾ ਚੁੱਕਾ ਸੀ ਤੇ ਮਾਦਵ ਵੀ ਲਾਇਕ ਸੁਪੁੱਤਰ ਵਾਂਗ ਪਿਓ ਦੇ ਪਦ ਚੰਨਾ ਤੇ ਹੀ ਚੱਲ ਰਿਹਾ ਸੀ ਸਭ ਨੂੰ ਉਸ ਦਾ ਨਾਮ ਹੋਰ ਵੀ ਰੋਸ਼ਨ ਕਰ ਰਿਹਾ ਸੀ ਹੁਣ ਵੀ ਦੋਵੇਂ ਜਣੇ ਧੂਣੀ ਦੇ ਵਾਲੇ ਬੈਠੇ ਆਲੂ ਪੌਣ ਰਹੇ ਸਨ ਜਿਹੜੇ ਕਿਸੇ ਦੇ ਖੇਤੋਂ ਪੁੱਟ ਲਿਆਏ ਸਨ ਪੀ ਸੁਦੀ ਘਰ ਵਾਲੀ ਤਾਂ ਬਹੁਤ ਦਿਨ ਪਹਿਲਾਂ ਹੀ ਚਲਾਣਾ ਕਰ ਗਈ ਸੀ। ਮਾਦਵ ਦਾ ਵਿਆਹ ਪਿਛਲੇ ਸਾਲ ਹੋਇਆ ਸੀ। ਜਿੱਦਣ ਦੀ ਇਹ ਔਰਤ ਆਈ ਸੀ ਉਸਨੇ ਇਸ ਖਾਨਦਾਨ ਨੂੰ ਬੰਨਣ ਦੀ ਨਹੀਂ ਰੱਖੀ ਸੀ। ਚੱਕੀ ਪੀ ਕੇ ਜਾਂ ਘਾਹ ਖੋਤ ਕੇ ਉਹ ਸੇਰ ਕੋ ਆਟੇ ਦਾ ਇੰਤਜ਼ਾਮ ਕਰ ਲੈਂਦੀ ਤੇ ਇਹਨਾਂ ਦੋਹਾਂ ਬੇਗੈਰਤਾ ਦਾ ਨਰਕ ਭੋਗਦੀ ਸੀ। ਜਿੱਦਣ ਦੀ ਉਹ ਆਈ ਇਹ ਦੋਵੇਂ ਹੋਰ ਵੀ ਆਲਸੀ ਅਤੇ ਆਰਾਮ ਪ੍ਰਸਤ ਹੋ ਗਏ ਸਨ। ਔਰ ਤਾਂ ਹੋਰ ਆਕੜਾਂ ਵੀ ਦਿਖਾਉਣ ਲੱਗ ਪਏ ਸਨ ਕੋਈ ਕਿਸੇ ਕੰਮ ਲਈ ਸੱਦਦਾ ਤਾਂ ਪੂਰਾ ਆਕੜ ਕੇ ਦੁੱਗਣੀ ਦਿਹਾੜੀ ਮੰਗਦੇ ਉਹੀ ਔਰਤ ਅੱਜ ਜੰਮਣ ਪੀੜਾ ਨਾਲ ਮਰ ਰਹੀ ਸੀ ਤੇ ਇਹ ਦੋਵੇਂ ਸ਼ਾਇਦ ਏਸੇ ਉਡੀਕ ਵਿੱਚ ਸਨ ਕਿ ਉਹ ਕਦੋਂ ਮਰੇ ਤੇ ਇਹ ਆਰਾਮ ਨਾਲ ਸੌਣ ਕਿ ਉਸ ਨੇ ਆਲੂ ਕੱਢ ਕੇ ਛਿਲਦਿਆਂ ਗਿਆ ਜਾਂ ਦੇਖਦਾ ਸੀ ਕੀ ਹਾਲ ਹੈ ਉਸ ਦਾ ਕੋਈ ਕਸਰ-ਕੁਸਰ ਤਾਂ ਨਹੀਂ ਹੋ ਗਈ ਇੱਥੇ ਤਾਂ ਸਿਆਣਾ ਵੀ ਆਉਣ ਦਾ ਪੂਰਾ 1 ਰੁਪਿਆ ਮੰਗਦਾ ਹੈ। ਮਾਦਵ ਨੂੰ ਇਹ ਡਰ ਸੀ ਕਿ ਜੇ ਉਹ ਅੰਦਰ ਗਿਆ ਤਾਂ ਕਿਸੂ ਨੇ ਆਲੂਆਂ ਦਾ ਵੱਡਾ ਹਿੱਸਾ ਹੜੱਪ ਲੈਣਾ ਹੈ। ਆਖੇ ਮੈਨੂੰ ਤਾਂ ਅੰਦਰ ਜਾਣ ਤੋਂ ਡਰ ਲੱਗਦਾ ਹੈ। ਲੈ ਡਰ ਕਾ ਦਾ ਮੈਂ ਬੈਠਾ ਤਾਂ ਹਾਂ ਫਿਰ ਤੂੰ ਹੀ ਦੇਖ ਲੈ ਜਾ ਕੇ। ਮੇਰੀ ਜਨਾਨੀ ਜਦ ਮਰੀ ਸੀ ਤਾਂ ਮੈਂ ਤਿੰਨ ਦਿਨ ਉਹਦੇ ਕੋਲੋਂ ਹਿੱਲਿਆ ਨਹੀਂ ਸੀ। ਤੇ ਨਾਲੇ ਮੇਥੋਂ ਉਹਨੂੰ ਸੰਗ ਨਹੀਂ ਆਉਗੀ। ਜਿਹਦਾ ਕਦੇ ਮੂੰਹ ਨਹੀਂ ਦੇਖਿਆ ਅੱਜ ਉਸਦਾ ਉਦੜਿਆ ਹੋਇਆ ਸਰੀਰ ਦੇਖਾਂ ਉਹਨੂੰ ਕਿਹੜਾ ਕੋਈ ਆਪਣੀ ਸੁੱਧ ਬੁੱਧ ਹੋਣੀ ਐ ਮੈਨੂੰ ਦੇਖ ਲਿਆ ਤਾਂ ਖੁੱਲ ਕੇ ਹੱਥ ਪੈਰ ਮਾਰਨੋਂ ਵੀ ਔਖੀ ਹੋ ਜੂ ਮੈਂ ਤਾਂ ਇਹ ਸੋਚ ਰਿਆਂ ਬਈ ਜੇ ਕੋਈ ਜਵਾਕ ਜੱਲਾ ਹੋ ਗਿਆ ਤਾਂ ਕੀ ਕਰਾਂਗੇ ਸੌਫ ਗੋੜ ਤੇਲ ਘਰੇ ਤਾਂ ਕੱਖ ਵੀ ਨਹੀਂ ਸਭ ਕੁਝ ਆ ਜਾਓ ਰੱਬ ਦਵੇ ਤਾਂ ਸਹੀ ਜਿਹੜੇ ਲੋਕ ਹੁਣ ਇੱਕ ਪੈਸਾ ਨਹੀਂ ਦਿੰਦੇ ਉਹੀ ਕੱਲ ਨੂੰ ਆਪ ਸੱਦ-ਸੱਦ ਕੇ ਦੇਣਗੇ ਮੇਰੇ ਨੌ ਮੁੰਡੇ ਹੋਏ ਘਰ 'ਚ ਕਦੇ ਕੁਝ ਨਹੀਂ ਸੀ ਪਰ ਰੱਬ ਨੇ ਕਿਸੇ ਤਰ੍ਹਾਂ ਬੇੜਾ ਪਾਰ ਲਾਇਆ ਹੀ ਆ ਜਿਹੜੇ ਸਮਾਜ ਵਿੱਚ ਦਿਨ-ਰਾਤ ਮਿਹਨਤ ਕਰਨ ਵਾਲਿਆਂ ਦੀ ਹਾਲਤ ਇਹਨਾਂ ਦੀ ਹਾਲਤ ਤੋਂ ਕੋਈ ਬਹੁਤ ਚੰਗੀ ਨਹੀਂ ਸੀ ਅਤੇ ਕਿਸਾਨਾਂ ਦੇ ਮੁਕਾਬਲੇ ਉਹ ਲੋਕ ਜਿਹੜੇ ਕਿਸਾਨਾਂ ਦੀਆਂ ਕਮਜ਼ੋਰੀਆਂ ਦਾ ਲਾਹਾ ਖਟਣਾ ਚਾਹੁੰਦੇ ਸਨ ਕਿਤੇ ਜ਼ਿਆਦਾ ਖੁਸ਼ਹਾਲ ਸਨ ਉੱਥੇ ਅਜਿਹੀ ਮਨੋਵਿਰਤੀ ਦਾ ਪੈਦਾ ਹੋ ਜਾਣਾ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਅਸੀਂ ਤਾਂ ਕਹਾਂਗੇ ਕਿ ਕਿਸੂ ਕਿਸਾਨਾਂ ਨਾਲੋਂ ਕਿਤੇ ਜ਼ਿਆਦਾ ਸਿਆਣਾ ਸੀ ਜਿਹੜਾ ਕਿਸਾਨਾਂ ਦੇ ਵਿਚਾਰਹੀਣ ਸਮੂਹ ਵਿੱਚ ਸ਼ਾਮਲ ਹੋਣ ਨਾਲੋਂ ਬੈਠਕਵਾਜਾਂ ਦੀ ਬਦਨਾਮ ਮੰਡਲੀ ਵਿੱਚ ਜਾ ਰਲਿਆ ਸੀ ਹਾਂ ਉਹਦੇ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਬੈਠਕਵਾਜਾਂ ਦੇ ਨਿਯਮ ਅਤੇ ਨੀਤੀਆਂ ਦਾ ਪਾਲਣ ਕਰ ਸਕਦਾ ਇਸ ਲਈ ਜਿੱਥੇ ਉਸ ਦੀ ਮੰਡਲੀ ਦੇ ਸਰਗਣੇ ਪਿੰਡ ਦੇ ਪ੍ਰਧਾਨ ਬਣੇ ਹੋਏ ਸਨ ਉਸ ਤੇ ਸਾਰਾ ਪਿੰਡ ਉਂਗਲੀ ਚੁੱਕਦਾ ਸੀ ਫਿਰ ਵੀ ਉਸ ਨੂੰ ਇੰਨੀ ਕੋ ਤਸੱਲੀ ਤਾਂ ਸੀ ਕਿ ਜੇਕਰ ਉਹ ਬੁਰੇ ਹਾਲ ਹੈ ਤਾਂ ਘੱਟੋ-ਘੱਟ ਉਸ ਨੂੰ ਕਿਸਾਨਾਂ ਵਰਗੀ ਲੱਕ ਭੰਨ ਵੀ ਮਿਹਨਤ ਤਾਂ ਨਹੀਂ ਕਰਨੀ ਪੈਂਦੀ ਸੀ ਉਸ ਦੀ ਸਾਦਗੀ ਅਤੇ ਸਰਲਤਾ ਦਾ ਲੋਕ ਫਾਇਦਾ ਤਾਂ ਨਹੀਂ ਚੁੱਕਦੇ ਦੋਵੇਂ ਆਲੂ ਕੱਢ ਕੇ ਗਰਮ-ਗਰਮ ਹੀ ਖਾਣ ਲੱਗ ਪਏ ਕੱਲ ਦਾ ਕੁਝ ਨਹੀਂ ਸिखਾਤਾ ਇਹਨਾਂ ਸਬਰ ਨਹੀਂ ਸੀ ਕਿ ਉਹਨਾਂ ਨੂੰ ਠੰਡੀ ਕਰ ਲਈਏ। ਕਈ ਵਾਰ ਦੋਹਾਂ ਦੇ ਮੂੰਹ ਸੜ ਗਏ। ਛੱਲੇ ਜਾਣ ਤੇ ਆਲੂ ਦਾ ਬਾਹਰੀ ਹਿੱਸਾ ਤਾਂ ਜ਼ਿਆਦਾ ਕਰਮ ਨਾ ਲੱਗਦਾ ਪਰ ਦੰਦਾਂ ਹੇਠ ਚੱਬਦਿਆਂ ਹੀ ਅੰਦਰਲਾ ਹਿੱਸਾ ਜੀਵ ਹਲਕ ਅਤੇ ਤਾਲੂਏ ਨੂੰ ਫੋਕ ਕੇ ਰੱਖ ਦਿੰਦਾ ਸੀ। ਅਤੇ ਉਸ ਪੱਖ ਦੇ ਕੋਲੇ ਨੂੰ ਮੂੰਹ 'ਚ ਰੱਖਣ ਨਾਲੋਂ ਜ਼ਿਆਦਾ ਖੈਰੀਅਤ ਇਹੀ ਸੀ ਕਿ ਉਹ ਅੰਦਰ ਪਹੁੰਚ ਜਾਵੇ। ਉੱਥੇ ਉਸਨੂੰ ਠੰਡਾ ਕਰਨ ਲਈ ਕਾਫੀ ਸਮਾਨ ਸੀ। ਇਸ ਲਈ ਦੋਵੇਂ ਜਲਦੀ ਜਲਦੀ ਨਿਗਲ ਜਾਂਦੇ ਭਾਵੇਂ ਕਿ ਇਸ ਕੋਸ਼ਿਸ਼ ਵਿੱਚ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵੀ ਵਹਿ ਤੁਰਦੇ ਕੀ ਸੁਣੂ ਉਸ ਵੇਲੇ ਠਾਕੁਰ ਦੀ ਬਰਾਤ ਯਾਦ ਆਈ ਜਿਸ ਵਿੱਚ 20 ਸਾਲ ਪਹਿਲਾਂ ਉਹ ਗਿਆ ਸੀ ਉਸ ਦਾਵਤ ਵਿੱਚ ਉਸ ਨੂੰ ਜਿਹੜੀ ਤ੍ਰਿਪਤੀ ਮਿਲੀ ਸੀ ਉਹ ਉਸ ਦੀ ਜ਼ਿੰਦਗੀ ਵਿੱਚ ਇੱਕ ਯਾਦ ਰੱਖਣ ਵਾਲੀ ਗੱਲ ਸੀ ਤੇ ਅੱਜ ਵੀ ਉਸ ਦੀ ਉਹ ਯਾਦ ਤਾਜ਼ਾ ਸੀ ਕਹਿਣ ਲੱਗਾ ਉਹ ਦਾਵਤ ਨਹੀਂ ਭੁੱਲਦੀ ਮੜਕੇ ਕਦੇ ਫਿਰ ਇਹੋ ਜਿਹਾ ਖਾਣਾ ਰੱਜ ਕੇ ਖਾਣ ਨੂੰ ਨਹੀਂ ਮਿਲਿਆ ਕੁੜੀ ਵਾਲਿਆਂ ਨੇ ਸਾਰਿਆਂ ਨੂੰ ਖੁੱਲੀਆਂ ਪੂਰੀਆਂ ਵਰਤਾਈਆਂ ਸਾਰਿਆਂ ਨੂੰ ਛੋਟੇ ਵੱਡੇ ਸਭ ਨੇ ਪੂਰੀਆਂ ਖਾਧੀਆਂ ਤੇ ਉਹ ਵੀ ਖਾਲਸ ਘਿਓ ਦੀਆਂ ਚਟਣੀ ਰਾਇਤਾ ਤਿੰਨ ਤਰ੍ਹਾਂ ਦੇ ਸੁੱਕੇ ਸਾਗ ਇੱਕ ਚਟਪਟੀ ਤਰੀ ਦਹੀਂ ਮਠਾਈ ਹੁਣ ਕੀ ਦੱਸਾਂ ਕਿ ਉਸ ਦਾਵਤ ਵਿੱਚ ਕੀ ਸਵਾਦ ਆਇਆ ਕੋਈ ਰੋਕ ਟੋਕ ਨਹੀਂ ਸੀ ਜਿਹੜੀ ਚੀਜ਼ ਚਾਹੋ ਜਿੰਨੀ ਮਰਜ਼ੀ ਖਾਓ ਲੋਕਾਂ ਨੇ ਇੰਨਾ ਖਾਦਾ ਇੰਨਾ ਖਾਦਾ ਕਿ ਕਿਸੇ ਤੋਂ ਪਾਣੀ ਵੀ ਨਾ ਪੀ ਹੋਇਆ ਪਰ ਵਰਤੌਣ ਵਾਲੇ ਕਾਹਨੂੰ ਟੱਕਦੇ ਸੀ ਪੱਤਲ 'ਚ ਗਰਮ-ਗਰਮ ਗੋਲ-ਗੋਲ ਕਚੌਰੀਆਂ ਰੱਖ ਜਾਂਦੇ ਬਥੇਰਾ ਮਨਾ ਕਰਦੇ ਕਿ ਨਹੀਂ ਚਾਹੀਦੀਆਂ ਪੱਤਲਾਂ ਤੇ ਹੱਥ ਰੱਖ-ਰੱਖ ਰੋਕਦੇ ਪਰ ਉਹ ਤਾਂ ਬੱਸ ਵਰਤਾਈ ਜਾ ਰਹੇ ਸੀ ਅਤੇ ਜਦੋਂ ਮੂੰਹ ਧੋ ਲਿਆ ਤਾਂ ਪਾਨ এলাਚੀ ਵੀ ਮਿਲੀ ਪਰ ਮੈਨੂੰ ਪਾਨ ਲੈਣ ਦੀ ਸੁਧ ਕਿੱਥੇ ਸੀ ਖੜਾਤਾ ਹੋ ਨਹੀਂ ਸੀ ਹੁੰਦਾ ਬਸ ਜਾ ਕੇ ਆਪਣੇ ਕੰਬਲ ਤੇ ਪੈ ਗਿਆ ਐਸਾ ਦਰਿਆਦਲ ਸੀ ਉਹ ਠਾਕੁਰ ਮਾਦਵ ਨੇ ਇਹਨਾਂ ਪਦਾਰਥਾਂ ਦਾ ਮਾਨੀ ਮਨ ਸਵਾਦ ਲੈਂਦਿਆਂ ਕਿਹਾ ਹੁਣ ਸਾਨੂੰ ਕੋਈ ਅਜੀਹਾ ਭੋਜ ਨਹੀਂ ਖਿਲਾਉਂਦਾ ਹੁਣ ਕਿਹਨੇ ਖਿਲਾਉਣਾ ਉਹ ਜ਼ਮਾਨਾ ਹੋਰ ਸੀ ਹੁਣ ਤਾਂ ਸਾਰਿਆਂ ਨੂੰ ਸਰਫਾਈ ਸੋਝਦਾ ਬਸ ਵਿਆਹ ਸ਼ਾਦੀ 'ਚ ਖਰਚਾ ਨਾ ਕਰੋ ਮਰਨ ਭੋਗ ਤੇ ਖਰਚਾ ਨਾ ਕਰੋ ਕੋਈ ਪੁੱਛਣ ਵਾਲਾ ਹੋਵੇ ਬੇ ਗਰੀਬਾਂ ਦਾ ਇੰਨਾ maal ਲੁੱਟ ਕੇ ਲਿਜਾਣਾ ਕਿੱਥੇ ਆ ਲੁੱਟਣ 'ਚ ਕੋਈ ਕਮੀ ਨਹੀਂ ਹੈ ਹਾਂ ਖਰਚੇ ਵਿੱਚ ਬਚਤ ਸੁਝਦੀ ਆ ਤੂੰ 20 ਕ ਪੂਰੀਆਂ ਤਾਂ ਖਾਈ ਲੀਆਂ ਹੋਣੀਆਂ 20 ਤੋਂ ਤਾਂ ਜ਼ਿਆਦਾ ਹੀ ਖਾਧੀਆਂ ਸੀ ਮੈਂ ਹੁੰਦਾ ਤਾਂ 50 ਆ ਜਾਂਦਾ 50 ਤੋਂ ਘੱਟ ਤਾਂ ਮੈਂ ਵੀ ਨਹੀਂ ਖਾਧੀਆਂ ਹੋਣੀਆਂ ਹੱਟਾ-ਕੱਟਾ ਹੁੰਦਾ ਸੀ ਤੂੰ ਤਾਂ ਮੇਰਾ ਅੱਧਾ ਵੀ ਨਹੀਂ ਆਲੂ ਖਾ ਕੇ ਦੋਹਾਂ ਨੇ ਪਾਣੀ ਪੀਤਾ ਤੇ ਉੱਥੇ ਹੀ ਧੂਣੀ ਕੋਲ ਆਪਣੀਆਂ ਧੋਤੀਆਂ ਉੱਤੇ ਲੈ ਕੇ ਗੁੱਛਾ ਮੁਛਾ ਜਾ ਹੋ ਕੇ ਉਹ ਸੌਂਗ ਹੈ ਜਿਵੇਂ ਦੋ ਵੱਡੇ ਵੱਡੇ ਅਜਗਰ ਕੁੰਡਲੀਆਂ ਮਾਰ ਕੇ ਪਏ ਹੋਣ ਬੁੱਧਿਆ ਹਾਲੇ ਤੱਕ ਤੜਫ ਰਹੀ ਸੀ ਸਵੇਰੇ ਮਾਦਵ ਨੇ ਝੁੱਗੀ ਚ ਜਾ ਕੇ ਦੇਖਿਆ ਤਾਂ ਉਸ ਦੀ ਘਰ ਵਾਲੀ ਠੰਡੀ ਹੋ ਗਈ ਸੀ ਉਸ ਦੇ ਮੂੰਹ ਤੇ ਮੱਖੀਆਂ ਭੜਕ ਰਹੀਆਂ ਸਨ ਪੱਥਰਾਂੀਆਂ ਅੱਖਾਂ ਉੱਪਰ ਵੱਲ ਝਾਕ ਰਹੀਆਂ ਸਨ ਸਾਰਾ ਜਿਸਮ ਧੂੜ ਮਿੱਟੀ ਨਾਲ ਲੱਤਪਤ ਹੋਇਆ ਪਿਆ ਸੀ ਉਸ ਟਿੱਕੋਖ ਵਿਚਲਾ ਬੱਚਾ ਮਰ ਗਿਆ ਸੀ। ਮਾਦਵ ਭੱਜਦਾ ਹੋਇਆ ਕਿਸੂ ਕੋਲ ਆਇਆ। ਫਿਰ ਦੋਵੇਂ ਉੱਚੀ ਉੱਚੀ ਲੇਰਾ ਮਾਰਨ ਲੱਗ ਪਏ ਅਤੇ ਛਾਤੀ ਪਿੱਟ ਪਿੱਟ ਕੇ ਸਿਆਪਾ ਕਰਨ ਲੱਗ ਪਏ। ਗਵਾਂਡੀਆਂ ਨੇ ਰੌਲਾ ਸੁਣਿਆ ਤਾਂ ਭੱਜੇ ਭੱਜ ਆਏ ਅਤੇ ਪ੍ਰਾਣੀ ਮਰਿਆਦਾ ਅਨੁਸਾਰ ਇਹਨਾਂ ਬਦਨਸੀਬਾਂ ਨੂੰ ਉਹ ਸਮਝਾਉਣ ਲੱਗੇ। ਪਰ ਜ਼ਿਆਦਾ ਰੋਣ ਪਿੱਟਣ ਦਾ ਮੌਕਾ ਨਹੀਂ ਸੀ। ਕਫ਼ਨ ਅਤੇ ਲੱਕੜਾਂ ਦੀ ਫਿਕਰ ਕਰਨੀ ਸੀ। ਔਰ ਘਰ ਚ ਤਾਂ ਪੈਸਾ ਇੰਜ ਗਾਇਬ ਸੀ ਜਿਵੇਂ ਗਿਰਜ਼ਾਂ ਦੇ ਆਲਣੇ ਵਿੱਚੋਂ మాਸ ਹੁੰਦਾ ਹੈ। ਪਿਓ ਪੁੱਤ ਰੋਂਦੇ ਪੱਟ ਦੇ ਪਿੰਡ ਦੇ ਜ਼ਿਮੀਦਾਰ ਕੋਲ ਗਏ। ਉਹ ਇਹਨਾਂ ਦੋਹਾਂ ਦੀ ਸ਼ਕਲ ਵੀ ਦੇਖਣੀ ਪਸੰਦ ਨਹੀਂ ਸੀ ਕਰਦਾ। ਕਈ ਵਾਰ ਇਹਨਾਂ ਨੂੰ ਚੋਰੀ ਕਰਨ ਲਈ ਜਾਂ ਵਾਅਦੇ ਮੁਤਾਬਕ ਕੰਮ ਤੇ ਨਾ ਆਉਣ ਕਾਰਨ ਉਹ ਕੁੱਟ ਚੁੱਕਾ ਸੀ। ਪੁੱਛਿਆ ਕੀ ਗੱਲ ਹੋਏਗੀ ਸੂ? ਪਿੱਟਣ ਕਿਉਂ ਲੱਗਿਆ? ਅੱਜਕੱਲ ਤਾਂ ਤੂੰ ਕਿਤੇ ਦੇਖਦਾ ਵੀ ਨਹੀਂ। ਲੱਗਦਾ ਪਿੰਡ 'ਚ ਰਹਿਣ ਦਾ ਦਿਲ ਨਹੀਂ ਕਰਦਾ ਤੇਰਾ ਕੀ ਸੂਨੇ ਜ਼ਮੀਨ ਤੇ ਸਿਰ ਰੱਖ ਕੇ ਅੱਖਾਂ ਵਿੱਚ ਹੰਝੂ ਭਰਦਿਆਂ ਕਿਆ ਸਰਕਾਰ ਬੜੀ ਮੁਸੀਬਤ ਪੈ ਗਈ ਰਾਤ ਮਾਦਵ ਦੀ ਘਰ ਵਾਲੀ ਗੁਜ਼ਰ ਗਈ ਸਾਰੀ ਰਾਤ ਤੜਫਦੀ ਰਹੀ ਸਰਕਾਰ ਅਸੀਂ ਦੋਨੋਂ ਉਹਦੇ ਸਹਰਾਣੇ ਬੈਠੇ ਰਹੇ ਦੁਆਦਾਰੂ ਜੋ ਵੀ ਸਰਿਆ ਕਰਦੇ ਰਹੇ ਪਰ ਉਹ ਫਿਰ ਵੀ ਸਾਨੂੰ ਧੋਖਾ ਦੇ ਗਈ ਹੁਣ ਤਾਂ ਕੋਈ ਰੋਟੀ ਦੇਣ ਵਾਲਾ ਵੀ ਨਹੀਂ ਰਿਹਾ ਮਾਲਕ ਲੁੱਟੇ ਗਏ ਕਾਰ ਉਜੜ ਗਿਆ ਤੇਰਾ ਗੁਲਾਮ ਹਾਂ ਹੁਣ ਤੇਰੇ ਬਿਨਾ ਕੌਣ ਹੈ ਉਸ ਦੀ ਮਿੱਟੀ ਵੀ ਚੁੱਕਣੀ ਹੈ ਤੇਰੇ ਬਿਨਾ ਹੋਰ ਕਿਦੇ ਦੁਆਰੇ ਜਾਵਾਂ ਜੀਮੇਦਾਰ ਸਾਹਿਬ ਦੇ ਆਲੂ ਸੰ ਪਰ ਕੀ ਸੂਤੇ ਤਰਸ ਖਾਣਾ ਕਾਲੇ ਕੰਬਲ ਤੇ ਰੰਗ ਚੜਾਉਣ ਬਰਾਬਰ ਸੀ ਦਿਲ ਤਾਂ ਕੀਤਾ ਕਿ ਕਹਿ ਦੇਣ ਚੱਲ ਦਫਾ ਹੋ ਇਥੋਂ ਉੰਜ ਤਾਂ ਬੁਲਾਉਣ ਤੇ ਵੀ ਨਹੀਂ ਆਉਂਦਾ ਹੁਣ ਲੋੜ ਪਈ ਤਾਂ ਮਿੱਠੇ ਪੋਚੇ ਮਾਰ ਰਿਆ ਹਰਾਮਖੋਰ ਕਿਸੇ ਥਾਂ ਦਾ ਬਦਮਾਸ਼ ਪਰ ਇੱਕ ਗੁੱਸੇ ਹੋਣ ਜਾਂ ਸਜ਼ਾ ਦੇਣ ਦਾ ਮੌਕਾ ਨਹੀਂ ਸੀ। ਦਿਲ ਚ ਕੁੜਦੇ ਹੋਏ ਨੇ 2 ਰੁਪਏ ਕੱਢ ਕੇ ਸੁੱਟ ਦਿੱਤੇ। ਪਰ ਹਮਦਰਦੀ ਦਾ ਇੱਕ ਬੋਲ ਵੀ ਮੋਹ ਨਾ ਕੱਢਿਆ। ਉਹਦੇ ਵੱਲ ਵੇਖਿਆ ਵੀ ਨਹੀਂ। ਜਿਵੇਂ ਸਿਰ ਦਾ ਭਾਰ ਲਾਇਆ ਹੋਵੇ। ਜਦੋਂ ਜ਼ਿੰਮੇਦਾਰ ਸਾਹਿਬ ਨੇ 2 ਰੁਪਏ ਦੇ ਦਿੱਤੇ ਤਾਂ ਪਿੰਡ ਦੇ ਬਾਣੀਏ ਮਹਾਜਨ ਨਾ ਕਰਨ ਦੀ ਹਿੰਮਤ ਕਿਵੇਂ ਕਰ ਸਕਦੇ ਸਨ? ਕਿ ਇਸੂ ਜ਼ਿੰਮੇਦਾਰ ਦੇ ਨਾਮ ਦਾ ਟੰਡੋਰਾ ਪਿੱਟਣਾ ਵੀ ਚੰਗੀ ਤਰ੍ਹਾਂ ਜਾਣਦਾ ਸੀ। ਕਿਸੇ ਨੇ 2 ਆਨੇ ਦਿੱਤੇ ਤਾਂ ਕਿਸੇ ਨੇ 4 ਦੇ ਦਿੱਤੇ ਘੰਟੇ ਵਿੱਚ ਕੀਸੂ ਕੋਲ 5 ਰੁਪਏ ਦੀ ਚੰਗੀ ਖਾਸੀ ਰਕਮ ਜਮ੍ਹਾਂ ਹੋ ਗਈ ਕਿ ਤੋ ਦਾਣੇ ਮਿਲ ਗਏ ਕਿ ਤੋ ਲੱਕੜਾਂ ਮਿਲ ਗਈਆਂ ਤੇ ਦੁਪਹਿਰੇ ਕੀਸੂ ਅਤੇ ਮਾਦਵ ਮੰਡੀਆਂ ਕਫਨ ਲੈਣ ਚਲੇ ਗਏ ਇਧਰ ਲੋਕ ਪਾਸ ਵੱਢਣ ਲੱਗ ਪਏ ਪਿੰਡ ਦੀਆਂ ਨਰਮਦਿਲ ਔਰਤਾਂ ਆ ਕੇ লাশ ਨੂੰ ਦੇਖਦੀਆਂ ਤੇ ਉਸਦੀ ਬੇਵਸੀ ਤੇ ਦੋ ਹੰਝੂ ਵਹਾ ਕੇ ਚਲੀਆਂ ਜਾਂਦੀਆਂ ਕਿਹੋ ਜਿਹਾ ਭੈੜਾ ਰਵਾਜ ਹੈ ਕਿ ਜਿਹਨੂੰ ਜਿਉਂਦੇ ਜੀ ਤਨ ਟਕਣ ਨੂੰ ਲੀਰਾਂ ਵੀ ਨਾ ਜੁੜੀਆਂ ਮਰਨ ਤੇ ਉਸਨੂੰ ਕਫਨ ਚਾਹੀਦਾ ਹੈ ਕਫਨ ਬਲਾਸ਼ ਨਾਲ ਸਾੜੀ ਜਾਣਾ ਹੋਰ ਰਹਿ ਵੀ ਕੀ ਜਾਣਾ ਇਹੀ 5 ਰੁਪਏ ਜੇ ਪਹਿਲਾਂ ਮਿਲ ਜਾਂਦੇ ਤਾਂ ਕੋਈ ਦਵਾਦਾਰੂ ਹੀ ਕਰ ਲੈਂਦੇ ਦੋਨੋਂ ਇੱਕ ਦੂਜੇ ਦੇ ਮਨ ਦੀ ਗੱਲ ਤਾਲ ਰਹੇ ਸਨ ਮੰਡੀ ਵਿੱਚ ਇੱਧਰ ਉੱਧਰ ਘੁੰਮਦੇ ਰਹੇ ਕਦੇ ਇੱਕ ਬਜਾਜ ਦੀ ਦੁਕਾਨ ਤੇ ਗਏ ਕਦੇ ਦੂਜੇ ਬਜਾਜ ਦੀ ਦੁਕਾਨ ਤੇ ਤਰ੍ਹਾਂ-ਤਰ੍ਹਾਂ ਦੇ ਕੱਪੜੇ ਰੇਸ਼ਮੀ ਅਤੇ ਸੂਤੀ ਦੇਖੇ ਪਰ ਕੋਈ ਜਚਿਆ ਨਾ ਸ਼ਾਮ ਹੋ ਗਈ ਫਿਰ ਦੋਵੇਂ ਪਤਾ ਨਹੀਂ ਕਿਹੜੀ ਦੇਵੀ ਪ੍ਰੇਰਣਾ ਨਾਲ ਇੱਕ ਸ਼ਰਾਬ ਦੇ ਠੇਕੇ ਦੇ ਸਾਹਮਣੇ ਜਾ ਪੁੱਜੇ ਅਤੇ ਜਿਵੇਂ ਕੋਈ ਪਹਿਲਾਂ ਹੀ ਬਣਾਈ ਹੋਈ ਵਿਉਂਤ ਹੋਵੇ ਅੰਦਰ ਲੰਘੇ ਉੱਥੇ ਕੁਝ ਢੇਰ ਤੱਕ ਦੋਵੇਂ ਹੱਕੇ-ਵੱਕੇ ਜੇ ਖੜੇ ਰਹੇ ਫਿਰ ਕੀ ਸੋਨੇ ਗੱਦੀ ਦੇ ਸਾਹਮਣੇ ਜਾ ਕੇ ਕਿਹਾ ਸ਼ਾਹ ਜੀ ਇੱਕ ਬੋਤਲ ਸਾਨੂੰ ਵੀ ਦੇ ਦਿਓ ਉਸ ਤੋਂ ਬਾਅਦ ਉਜ ਨਮਕੀਨ ਆਇਆ ਤੜੀਆਂ ਹੋਈਆਂ ਮੱਛੀਆਂ ਆਈਆਂ ਅਤੇ ਦੋਵੇਂ ਜਾਣੇ ਵਰਾਂਡੇ 'ਚ ਬੈਠ ਕੇ ਆਰਾਮ ਨਾਲ ਪੀਣ ਲੱਗ ਪਏ। ਕਈ ਗਲਾਸ ਦੜਾ ਦੜ ਅੰਦਰ ਸੁਟਣ ਤੋਂ ਬਾਅਦ ਦੋਨੋਂ ਸਰੂਰ ਵਿੱਚ ਆ ਗਏ। ਕੀਸੂ ਬੋਲਿਆ ਕਫਨ ਦੇਣ ਨਾਲ ਕੀ ਹੋਣਾ? ਸੜਨਾ ਹੀ ਸੀ। ਬਹੂ ਦੇ ਨਾਲ ਤਾਂ ਨਹੀਂ ਸੀ ਜਾਣਾ। ਮਾਦਵ ਅਸਮਾਨ ਵੱਲ ਦੇਖ ਕੇ ਬੋਲਿਆ ਜਿਵੇਂ ਦੇਵਤਿਆਂ ਨੂੰ ਆਪਣੇ નિર્ਦੋਸ਼ ਹੋਣ ਦਾ ਗਵਾਹ ਬਣਾ ਰਿਹਾ ਹੋਵੇ। ਦੁਨੀਆ ਦਾ ਦਸਤੂਰ ਹੈ ਨਹੀਂ ਤਾਂ ਕੋਈ ਬਹਾਮਣਾ ਨੂੰ 1000 ਰੁਪਏ ਕਿਉਂ ਦੇਵੇ ਕਿਹੜਾ ਦੇਖਦਾ ਪ੍ਰਲੋਕ ਚ ਮਿਲਦਾ ਵੀ ਆ ਜਾਂ ਨਹੀਂ ਵੱਡੇ ਬੰਦਿਆਂ ਕੋਲ ਪੈਸਾ ਹੈ ਚਾਹੀ ਰੱਖਣ ਚਾਹੀ ਫੂਕਣ ਸਾਡੇ ਕੋਲ ਕੀ ਆ ਫੂਕਣ ਵਾਸਤੇ ਪਰ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਲੋਕ ਪੁੱਛਣਗੇ ਨਹੀਂ ਕਫਨ ਕਿੱਥੇ ਹੈ ਕੀ ਸੁਹਸਿਆ ਉਹ ਛੱਡ ਕਹਿ ਦਿਆਂਗੇ ਕਿ ਪੈਸੇ ਕਿਤੇ ਡੇਗ ਪਏ ਬਥੇਰਾ ਲੱਭੇ ਪਰ ਮਿਲੇ ਹੀ ਨਹੀਂ ਜਕੀਨ ਤਾਂ ਉਹਨਾਂ ਨੂੰ ਆਉਣਾ ਨਹੀਂ ਪਰ ਫਿਰ ਪੈਸੇ ਦੇਣਗੇ ਵੀ ਉਹੀ ਮਾਦਵ ਵੀ ਹੱਸਿਆ ਅਚਾਨਕ ਮੇਰੀ ਖੁਸ਼ੀ ਤੇ ਕਹਿਣ ਲੱਗਾ ਚੰਗੀ ਸੀ ਵਿਚਾਰੀ ਮਰੀ ਵੀ ਤਾਂ ਪੂਰਾ ਖਵਾ ਪਿਆ ਕੇ ਹੁਣ ਬੋਤਲ ਤੋਂ ਜ਼ਿਆਦਾ ਹੋ ਗਈ ਕਿਸੂ ਨੇ ਦੋ ਸਰ ਪੂਰੀਆਂ ਮੰਗਵਾਈਆਂ ਚਟਣੀ ਅਚਾਰ कलेਜੀਆਂ ਠੇਕੇ ਦੇ ਸਾਹਮਣੇ ਹੀ ਦੁਕਾਨ ਸੀ ਮਾਦਵ ਭੱਜ ਕੇ ਦੋ ਪੱਤੜਾਂ ਵਿੱਚ ਸਾਰਾ ਸਮਾਨ ਲੈ ਆਇਆ ਪੂਰਾ 1.5 ਰੁਪਇਆ ਹੋਰ ਖਰਚ ਹੋ ਗਿਆ ਹੁਣ ਬਸ ਥੋੜੇ ਜਿਹੇ ਪੈਸੇ ਹੀ ਬਚੇ ਰਹਿ ਗਏ ਦੋਵੇਂ ਇਸ ਵੇਲੇ ਬੜੀ ਸ਼ਾਨ ਨਾਲ ਬੈਠੇ ਪੂਰੀਆਂ ਖਾ ਰਹੇ ਸਨ ਜਿਵੇਂ ਜੰਗਲ ਵਿੱਚ ਕੋਈ ਸ਼ੇਰ ਆਪਣੇ ਸ਼ਿਕਾਰ ਦੀ ਦਾਵਤ ਉਡਾਰ ਰਿਹਾ ਹੋਵੇ ਨਾ ਜਵਾਬਦੇਹੀ ਦਾ ਡਰ ਸੀ ਨਾ ਬਦਨਾਮੀ ਦਾ ਫਿਕਰ ਇਹਨਾਂ ਭਾਵਨਾਵਾਂ ਨੂੰ ਉਹਨਾਂ ਨੇ ਬਹੁਤ ਪਹਿਲਾਂ ਹੀ ਜਿੱਤ ਲਿਆ ਸੀ ਕੀ ਸੁਦਾਰਸ਼ ਨੇ ਕਹਾਂਗ ਬੋਲਿਆ ਸਾਡੀ ਆਤਮਾ ਖੁਸ਼ ਹੋ ਰਹੀ ਹੈ ਤਾਂ ਇਹਦਾ ਉਹਨੂੰ ਪੁੰਨ ਨਹੀਂ ਲੱਗੂ ਮਾਦਵ ਨੇ ਸ਼ਰਦਾ ਨਾਲ ਸਿਰ ਝੁਕਾ ਕੇ ਤਸਦੀਕ ਕੀਤਾ ਜ਼ਰੂਰ ਲੱਗੂ ਰੱਬਾ ਤੂੰ ਤਾਂ ਜਾਣੀ ਜਾਣ ਹੈ ਉਸਨੂੰ ਸਵਰਗ ਭੇਜੀ ਅਸੀਂ ਦੋਵੇਂ ਦਿਲੋਂ ਉਸਨੂੰ ਅਸੀਸ ਦੇ ਰਹੇ ਹਾਂ ਅੱਜ ਜੋ ਖਾਣ ਪੀਣ ਨੂੰ ਮਿਲਿਆ ਉਹ ਤਾਂ ਸਾਰੀ ਉਮਰ ਨਹੀਂ ਮਿਲਿਆ ਕਦੇ ਇੱਕ ਪਲਵਾਦ ਮਾਦਵ ਦੇ ਮਨ ਵਿੱਚ ਇੱਕ ਸ਼ੰਕਾ ਉਠਹੀ ਕਹਿੰਦਾ ਕਿਉਂ ਬਾਪੂ ਆਪਾਂ ਵੀ ਤਾਂ ਇੱਕ ਨਾ ਇੱਕ ਦਿਨ ਉੱਥੇ ਜਾਵਾਂਗੇ ਹੀ ਕਿ ਸੂਨੇ ਇਸ ਭੋਲੇ-ਪਾਲੇ ਸਵਾਲ ਦਾ ਕੋਈ ਜਵਾਬ ਨਾ ਦਿੱਤਾ। ਉਹ ਪਰਲੋਕ ਦੀਆਂ ਗੱਲਾਂ ਸੁਣ ਕੇ ਇਸ ਆਨੰਦ ਵਿੱਚ ਕੋਈ ਅੜਿੱਕਾ ਨਹੀਂ ਪਾਉਣਾ ਚਾਹੁੰਦਾ ਸੀ। ਜੇ ਉਹਨੇ ਉੱਥੇ ਸਾਨੂੰ ਪੁੱਛਿਆ ਕਿ ਤੁਸੀਂ ਕਫਨ ਕਿਉਂ ਨਹੀਂ ਦਿੱਤਾ ਤਾਂ ਕੀ ਕਹਾਂਗੇ? ਕਹਾਂਗੇ ਤੇਰਾ ਸਿਰ। ਪੁੱਛੂ ਤਾਂ ਜ਼ਰੂਰ। ਤੈਨੂੰ ਪਤਾ ਹੈ ਵੀ ਉਸਨੂੰ ਕਫਨ ਨਹੀਂ ਮਿਲਣਾ। ਤੂੰ ਮੈਨੂੰ ਕੋਈ ਗਧਾ ਸਮਝਿਆ? 60 ਸਾਲ ਇਸ ਦੁਨੀਆ ਵਿੱਚ ਘਾ ਨਹੀਂ ਖੋਤਦਾਰਿਆ ਮੈਂ। ਉਹਨੂੰ ਕਫਨ ਮਿਲੂਗਾ। ਤੇ ਇਸ ਤੋਂ ਵੀ ਵਧੀਆ ਮਿਲੂਗਾ। ਮਾਦਵ ਨੂੰ ਯਕੀਨ ਨਾ ਹੋਇਆ। ਕਹਿੰਦਾ, "ਕੌਣ ਦੇਊਗਾ? ਰੁਪਏ ਤਾਂ ਤੂੰ ਖਾ ਗਿਆ ਸਾਰੇ। ਉਹ ਤਾਂ ਮੇਥੋਂ ਪੁੱਛੂਗੀ। ਉਹਨੂੰ ਵਿਆਹ ਕੇ ਤਾਂ ਮੈਂ ਹੀ ਲਿਆਇਆ ਸੀ ਨਾ।" ਕਿਸੂ ਗਰਮ ਹੋ ਕੇ ਕਹਿਣ ਲੱਗਾ, "ਮੈਂ ਕਿਹਾ ਨਾ, ਉਹਨੂੰ ਕਫਨ ਮਿਲੂਗਾ। ਤੂੰ ਮੰਨਦਾ ਕਿਉਂ ਨਹੀਂ? ਕੌਣ ਦੇਊਗਾ? ਦੱਸ ਤਾਂ ਸਹੀ। ਉਹੀ ਦੇਣਗੇ ਜਿਨ੍ਹਾਂ ਨੇ ਹੁਣ ਦਿੱਤਾ ਸੀ। ਬਸ ਐਤਕੀ ਪੈਸੇ ਆਪਣੇ ਹੱਥ ਨਹੀਂ ਆਉਣੇ।" ਜਿਵੇਂ ਜਿਵੇਂ ਹਨੇਰਾ ਵਧਦਾ ਜਾਂਦਾ ਤੇ ਤਾਰਿਆਂ ਦੀ ਚਮਕ ਤਿੱਖੀ ਹੁੰਦੀ ਜਾਂਦੀ ਠੇਕੇ ਦੀ ਰੌਣਕ ਵੀ ਵਧਦੀ ਜਾਂਦੀ ਸੀ ਕੋਈ ਗਾਉਂਦਾ ਕੋਈ ਫੜਾ ਮਾਰਦਾ ਕੋਈ ਆਪਣੇ ਨਾਲ ਦੇ ਨੂੰ ਜੱਫੀਆਂ ਪਾਈ ਜਾਂਦਾ ਕੋਈ ਆਪਣੇ ਦੋਸਤ ਦੇ ਮੋਹ ਨੂੰ ਗਲਾਸ ਲਾਈ ਜਾਂਦਾ ਸੀ ਉਸ ਮਾਤਾਵਰਨ ਵਿੱਚ ਸਰੂਰ ਸੀ ਹਵਾ ਵਿੱਚ ਨਸ਼ਾ ਸੀ ਕਈ ਤਾਂ ਇਥੇ ਆ ਕੇ ਛੇਤੀ ਮਸਤ ਹੋ ਜਾਂਦੇ ਸਨ ਸ਼ਰਾਬ ਨਾਲੋਂ ਜ਼ਿਆਦਾ ਉਥੋਂ ਦੀ ਹਵਾ ਉਨਾ ਤੇ ਜ਼ਿਆਦਾ ਅਸਰ ਕਰਦੀ ਸੀ ਜ਼ਿੰਦਗੀ ਦੇ ਅੜਿੱਕੇ ਇਥੇ ਖਿੱਚ ਲਿਆਉਂਦੇ ਸਨ ਅਤੇ ਕੁਝ ਸਮੇਂ ਲਈ ਤਾਂ ਉਹ ਭੁੱਲ ਹੀ ਜਾਂਦੇ ਸਨ ਕਿ ਉਹ ਜਿਉਂਦੇ ਹਨ ਜਾਂ ਮਰ ਚੁੱਕੇ ਹਨ ਜਾਂ ਨਾ ਜਿਉਂਦੇ ਹਨ ਨਾ ਮਰਦੇ ਹਨ ਤੇ ਇਹ ਦੋਵੇਂ ਪਿਓ ਪੁੱਤ ਅਜੇ ਵੀ ਸਵਾਦ ਲੈ ਲੈ ਕੇ ਚੁਸਕੀਆਂ ਭਰ ਰਹੇ ਸਨ ਸਾਰਿਆਂ ਦੀਆਂ ਨਜ਼ਰਾਂ ਇਹਨਾਂ ਤੇ ਹੀ ਟਿਕੀਆਂ ਹੋਈਆਂ ਸਨ ਦੋਵੇਂ ਕਿੰਨੇ ਕਿਸਮਤ ਵਾਲੇ ਨੇ ਪੂਰੀ ਬੋਤਲ ਬਚਾ ਲਈ ਪਈ ਹੈ ਰਾਜ ਕੇ ਖਾਣ ਤੋਂ ਬਾਅਦ ਮਾਦਵ ਨੇ ਬਚੀਆਂ ਹੋਈਆਂ ਪੂਰੀਆਂ ਦਾ ਪੱਤਲ ਚੁੱਕ ਕੇ ਇੱਕ ਪਖਾਈ ਨੂੰ ਦੇ ਦਿੱਤਾ ਜਿਹੜਾ ਖੜਾ ਇਹਨਾਂ ਵੱਲ ਭੁੱਖੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਅਤੇ ਦੇਣ ਦਾ ਮਾਣ ਆਨੰਦ ਅਤੇ ਖੁਸ਼ੀ ਉਸਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਮਹਿਸੂਸ ਕੀਤੀ ਕੀ ਸੁਨੇ ਕਿਹਾ ਲੈ ਜਾ ਰੱਜ ਕੇ ਖਾ ਤੇ ਅਸੀਸ ਦੇ ਜਿਹਦੀ ਕਮਾਈ ਹੈ ਉਹ ਤਾਂ ਮਰ ਗਈ ਪਰ ਤੇਰੀ ਅਸੀਸ ਉਸ ਤੱਕ ਜ਼ਰੂਰ ਪਹੁੰਚੇਗੀ ਦਿਲੋਂ ਅਸੀਸ ਦੇ ਬੜੀ ਸਖਤ ਕਮਾਈ ਦੇ ਪੈਸੇ ਨੇ ਮਾਦਵ ਨੇ ਫਿਰ ਅਸਮਾਨ ਵੱਲ ਤੱਕਦਿਆਂ ਕਿਹਾ ਸਵਰਗ ਜਾਊ ਉਹ ਬਾਪੂ ਸਵਰਗਾਂ ਦੀ ਰਾਣੀ ਬਣੋ ਕੀਸੂ ਖੜਾ ਹੋ ਗਿਆ ਜਿਵੇਂ ਆਨੰਦ ਦੀਆਂ ਲਹਿਰਾਂ ਵਿੱਚ ਤੈਰਦਾ ਹੋਇਆ ਕਹਿਣ ਲੱਗਾ ਹਾਂ ਪੁੱਤਰ ਸਵਰਗ ਜਾਊਗੀ ਕਿਸੇ ਨੂੰ ਸਤਾਇਆ ਨਹੀਂ ਕਿਸੇ ਨੂੰ ਦਬਾਇਆ ਨਹੀਂ ਮਰਦੀ ਮਰਦੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਲਾਲਸਾ ਪੂਰੀ ਕਰਕੇ ਸਵਰਗ ਚ ਉਹ ਨਾ ਜਾਊ ਤਾ ਹੋਰ ਕੀ ਆ ਢਿੱਡੜ ਜੇ ਜਾਣਗੇ ਜਿਹੜੇ ਗਰੀਬਾਂ ਨੂੰ ਦੋਹਾਂ ਹੱਥਾਂ ਨਾਲ ਲੁੱਟਦੇ ਨੇ ਤੇ ਆਪਣੇ ਪਾਪ ਧੋਣ ਲਈ ਗੰਗਾ 'ਚ ਡੁੱਬਕੀਆਂ ਲਾਉਂਦੇ ਫਿਰਦੇ ਨੇ ਮੰਦਰਾਂ ਵਿੱਚ ਜਲ ਚੜਾਉਂਦੇ ਨੇ ਸ਼ਰਦਾ ਦਾ ਏ ਰੰਗ ਛੇਤੀ ਹੀ ਉੱਤਰ ਗਿਆ ਅਸਥਿਰਤਾ ਨਸ਼ੇ ਦੀ ਖਾਸੀਅਤ ਹੈ ਦੁੱਖ ਅਤੇ ਨਿਰਾਸ਼ਾ ਦਾ ਦੌਰ ਸ਼ੁਰੂ ਹੋਇਆ ਮਾਦਵ ਨੇ ਕਿਹਾ ਪਰ ਬਾਪੂ ਵਿਚਾਰੀ ਨੇ ਸਾਰੀ ਉਮਰ ਦੁੱਖੀ ਭੋਗਿਆ ਬਸ ਕਿੰਨਾ ਦੁੱਖ ਸਹਿ ਕੇ ਮਰੀ ਉਹ ਅੱਖਾਂ ਤੇ ਹੱਥ ਰੱਖ ਕੇ ਰੋਣ ਲੱਗ ਪਿਆ ਉੱਚੀ ਉੱਚੀ ਲੇਰਾ ਮਾਰ ਕੇ ਕੀ ਸੋਨੇ ਸਮਝਾਇਆ ਕਿਉਂ ਰੋਣਾ ਪੁੱਤ ਖੁਸ਼ ਹੋ ਕਿਉਂ ਮਾਇਆ ਜਾਲ ਤੋਂ ਆਜ਼ਾਦ ਹੋ ਗਏ ਜੰਜਾਲ ਤੋਂ ਛੁੱਟੇ ਬੜੀ ਕਿਸਮਤ ਵਾਲੀ ਸੀ ਜਿਹੜੀ ਇੰਨੀ ਛੇਤੀ ਮੋਹ ਮਾਇਆ ਦੇ ਰਿਸ਼ਤੇ ਤੋੜ ਗਏ ਤੇ ਦੋਨੋਂ ਖੜੇ ਹੋ ਕੇ ਗੌਣ ਲੱਗ ਪਏ ਠੱਗਣੀ ਕਿਉਂ ਅੱਖਾਂ ਮਟਕਾਵੇ ਉਹ ਠੱਗਣੀ ਸ਼ਰਾਬੀਆਂ ਦੀਆਂ ਨਜ਼ਰਾਂ ਇਹਨਾਂ ਤੇ ਹੀ ਟਿਕੀਆਂ ਹੋਈਆਂ ਸਨ ਇਹ ਦੋਵੇਂ ਆਪਣੇ ਦਿਲ ਵਿੱਚ ਮਸਤ ਹੋਏ ਗਾਉਂਦੇ ਰਹੇ ਫਿਰ ਦੋਵੇਂ ਨੱਚਣ ਲੱਗ ਪਏ ਨੱਚੇ ਟੱਪੇ ਡਿੱਗੇ ਵੀ ਲੱਕ ਵੀ ਮਟਕਾਏ ਸ਼ਕਲਾਂ ਵੀ ਬਣਾਈਆਂ ਡਰਾਮੇ ਵੀ ਕੀਤੇ ਅਤੇ ਅਖੀਰ ਨਸ਼ੇ ਚਿੱਟਲੀ ਹੋ ਕੇ ਉਹ ਦੋਨੋਂ ਉੱਥੇ ਡਗ ਪਏ ਸ਼ੁਕਰੀਆ ਦੋਸਤੋ